ਸਾਰੇ ਕਲਾਕਾਰ ਆਪਣੇ ਆਪ ਦਾ ਅਮੀਰ ਹੋ ਰਹੇ ਆ, ਸੱਭਿਆਚਾਰ ਦਾ ਠੇਕਾ ਤਾਂ ਨਹੀਂ ਪਈ ਮੈਨੂੰ ਕਲਾ, ਕਲਾ ਭਾਵੇਂ ਹੋਵੇ ਨਾ ਹੋਵੇ ਘਰ ਪਹਿਲਾਂ ਹੁੰਦੀ ਹੈ ਬਈ। ਬਾਕੀ ਇਹ ਇੱਕ ਤਾਂ ਮੈਨੂੰ ਲੱਗਦਾ ਸੁਰਜੀਤ ਪਾਤਰ ਸਾਹਿਬ ਦੀਆਂ ਬੜੀਆਂ ਵਧੀਆ ਲਾਈਨਾਂ ਸੀ ਇਸ ਵਾਰ ਲੋਹੜੀ 'ਤੇ ਕਿ ਸਾਨੂੰ ਕੁਛ ਚੀਜ਼ਾਂ ਚੇਂਜ ਕਰ ਲੈਣੀਆਂ ਚਾਹੀਦੀਆਂ ਨੇ, ਹੁਣ ਬਹੁਤ ਹੋ ਗਿਆ। ਇੱਕ ਤਾਂ ਪੁੱਤਰ ਮਿੱਠੜੇ ਮੇਵੇ ਬਦਲ ਲਓ, ਇਹਨੂੰ ਬੱਚੇ ਮਿੱਠੜੇ ਮੇਵੇ ਕਰੋ, ਹੁਣ ਪੁੱਤਰ ਨੇ। ਇੱਕ ਜਿਹੜੇ ਕੁੜੀਆਂ ਦੀ ਅਹਿਮੀਅਤ ਨੂੰ ਘਟਾਉਣ ਵਾਲੇ ਤਿਉਹਾਰ ਨੇ ਉਹਨਾਂ 'ਤੇ ਬੈਨ ਲਾ ਦਿਓ, ਜੇ ਮੇਰੇ ਹੱਥ 'ਚ ਪਾਵਰ ਆ ਜਾਵੇ ਮੈਂ ਲਾ ਦਾਂ ਲੋਹੜੀ 'ਤੇ ਰੱਖੜੀ 'ਤੇ, ਜਾਂ ਫਿਰ ਮੈਂ ਬਰਾਬਰ ਸ਼ੁਰੂ ਕਰੂੰਗਾ ਜਿਹਨਾਂ 'ਚ ਕੁੜੀਆਂ ਦੀ ਅਹਿਮੀਅਤ ਵਧੇ। ਉਸ ਦਿਨ ਚੰਗੇ ਭਲੇ ਕੁੜੀਆਂ ਧੀਆਂ ਵਾਲੇ ਪਰਿਵਾਰ ਚੰਗੇ ਭਲੇ ਜਿਉਂਦੇ ਭੁੱਲ ਭੁਲਾ ਕੇ ਜਾਂਦੇ ਨੇ, ਰੱਖੀ ਵਾਲੇ ਦਿਨ ਉਹਨਾਂ ਨੂੰ ਬਾਕੀ ਜਾ ਕੇ ਯਾਦ ਕਰਾਉਂਦੇ ਨੇ। ਖੈਰ ਕੋਈ ਨਹੀਂ, ਸਾਡੇ ਮੁੰਡੇ ਦੇ ਬੰਨਦੇ, ਉਹਨਾਂ ਨੂੰ ਉਸ ਦਿਨ ਟੀਜ਼ ਕੀਤਾ ਜਾਂਦਾ। ਨਹੀਂ ਪਰ ਇਕਬਾਲ ਸਾਹਿਬ, ਆਪਾਂ ਹੀ ਗੱਲ ਕਰਦੇ ਹਾਂ ਇਹਦੇ 'ਤੇ, ਇਸ ਮੁੱਦੇ 'ਤੇ ਵੀ ਜਿੰਨਾ ਮਰਜ਼ੀ ਆਪਾਂ ਇਹ ਕਹੀ ਜਾਏ ਮੇਲ ਡੋਮੀਨੇਟ ਕਰਦਾ, ਕੁੜੀ ਨੂੰ 18 ਸਾਲ ਦੀ ਹੁੰਦੀ ਸਾਰੇ ਮੁੰਡਾ ਲੱਭਣ ਲੱਗ ਜਾਂਦੇ, ਮੁੰਡਾ 32 ਦਾ ਹੋ ਜਾਂਦਾ ਤਾਂ ਨਹੀਂ ਲੱਭਦੇ। ਮੈਂ ਅਸੀਂ ਆਪ ਖੁਦ ਇਸ ਗੱਲ ਸ਼ਿਕਾਰ ਹਾਂ, ਸਾਡੀਆਂ ਭੈਣਾਂ ਦੇ ਰਿਸ਼ਤੇ ਪਹਿਲਾਂ ਕਰਤੇ, ਕਹਿੰਦੇ ਕਿ ਜਿਉਂਦੇ ਜੀ ਕੁੜੀ ਦਾ ਕਰਜ਼ੇ ਮੁੰਡਾ ਰੋਲ ਖੁੱਲ੍ਹ ਕੇ ਆਪੇ ਪਲ ਜੂ ਲੈ ਦੱਸ ਦੱਸ। ਸੋ ਤੁਹਾਡਾ ਸਵਾਲ, ਅਜੇ ਪ੍ਰੋਬਲਮ ਹੈ ਜੀ, ਅਜੇ ਕੀ ਹੈ ਕਿ ਆਪਾਂ ਮੰਨਦੇ ਹਾਂ ਕਿ ਕੁੜੀਆਂ ਮੁੰਡੇ ਬਰਾਬਰ ਆ, ਅਜੇ ਸਾਡਾ ਸਮਾਜ ਨਹੀਂ ਮੰਨਣਾ, ਅਸੈਪਟ ਨਹੀਂ ਕਰ ਲੱਗਿਆ। ਉਹਦੀ ਵਜ੍ਹਾ ਮੈਂ ਦੱਸਦਾ ਜੀ ਕਿ ਜੇ ਕੁੜੀ ਸਕਲਟ ਪਾ ਕੇ ਵੀਡੀਓ ਡਾਂਸ ਕਰ ਲੈਂਦੀ ਹੈ ਤਾਂ ਅਸੀਂ ਵੀ ਸਾਰੇ ਆ, ਸਾਰਾ ਤੁਹਾਡੇ ਪ੍ਰੈਸ ਵਾਲੇ ਵੀ ਜੀ ਸਕਲਟ ਪਾ ਕੇ, ਕਦੇ ਉਸ ਕੁੜੀ ਦੀ ਵਿਸ਼ ਪੁੱਛੀਏ, ਹੋ ਸਕਦਾ ਉਹਦੀ ਮਜਬੂਰੀ ਹੈ, ਮਜਬੂਰੀ ਲਈ ਨੱਚਦੀ ਹੈ, ਕਦੇ ਸਾਰੇ ਪੰਜਾਬੀਆਂ ਨੇ ਇਕੱਠੇ ਕਰਕੇ ਉਹਨੂੰ ਰੁਪਈਏ ਦਿੱਤੇ ਆਪਾਂ ਨੇ ਵੀ, ਤੈਂ ਭਾਈ ਇਹ ਕੰਮ ਨਹੀਂ ਕਰਨਾ। ਸੋ ਅਜੇ ਅਸੀਂ ਬਹੁਤ ਗੱਲਾਂ 'ਚ ਮਨਫੀ ਹਾਂ, ਅਜੇ ਆਪਣੇ ਆਪ ਨੂੰ ਮੁਲਾਂਕਣ ਕਰਨਾ ਪਊਗਾ ਆਪਾਂ ਨੂੰ, ਜਿਸ ਸਮਾਜ ਜਿਸ ਤਰ੍ਹਾਂ ਦਾ ਅਸੀਂ ਵੀ ਉੱਦਾਂ ਦੀ ਹਾਂ।